ਨਾਗ ਦੇ ਉੱਤੇ ਜਿਹੜਾ ਜਨਮ ਦਿਨ ਅੱਜ ਅਸੀਂ ਆਖਦੇ ਨਾਗ ਪੰਚਮੀ। ਅੱਜ ਦੇ ਦਿਨ ਇਹਦੇ ਨਾਗ ਸੁਰਗਲ ਦਾ ਜਨਮ ਦਿਨ ਹੋਇਆ। ਠੀਕ ਹੈ, ਇਹਦਾ ਇੱਥੇ ਸਾਰਾ ਇਹ ਨਿੱਕਾ ਜਿਹਾ ਥਾਨ ਹੈ, ਇੱਥੇ ਅਸ ਬਾਵੇ ਸੁਰਗਲ ਦਾ ਭੰਡਾਰਾ ਕਰਨੇ ਹੈ, ਬਾਵੇ ਦੀ ਚੌਕੀ ਕਰਨੇ ਹੈ। ਸਾਡੇ ਗੁਰੂ ਹੋਰ ਆਉਂਦੇ ਨੇ, ਨਾਥ ਹੋਰ ਆਉਂਦੇ ਨੇ, ਉਹ ਢੋਲ ਵਜਾਉਂਦੇ ਨੇ, ਉਹ ਇੱਥੇ ਬਾਵੇ ਦੀ ਯਾਤਰ ਚੌਕੀ ਕਰਨੇ ਹੈ। ਅਤੇ ਅਸੀਂ ਇਹਦੇ ਵੱਲੋਂ ਪੁੱਛਣੇ ਹਾਂ ਸਾਡੇ ਕੋਈ ਕਮੀ, ਕੋਈ ਕੋਈ ਦੋਸ਼ ਹੋਵੇ, ਕੋਈ ਕਈ ਕਿਸਮ ਦੇ ਦੋਸ਼ ਹੋ ਜਾਂਦੇ, ਕਈ ਵਾਰੀ ਚਲਦੇ ਚਲਦੇ ਸਾਡੇ ਕੋਲ ਕੋਈ ਜਾਣ ਜਾਣੇ ਜੇ ਸਾਡੇ ਕੋਲ ਕੋਈ ਕੋਈ ਹਾਸ ਹੋ ਜਾਂਦਾ, ਨਾਗ ਸੱਪ ਮਰੀ ਜਾਂਦਾ, ਉਹ ਇੱਥੇ ਜ਼ਰੂਰ ਆਉਣ, ਮੱਥਾ ਟੇਕਣ, ਦੁੱਧ ਲੱਸੀ ਪਾਉਣ, ਅਤੇ ਉਹਦੇ ਕਸ਼ਟ ਦੂਰ ਹੁੰਦੇ ਨਾ। ਬਾਬਾ ਕਾਲੀਵੀਰ ਅਤੇ ਬਾਬਾ ਸੁਰਗਲ ਅਤੇ ਮੱਲ ਮਾਤਾ, ਇਹਦੇ ਤਕਰੀਬਨ ਸਾਰੇ ਗੇ ਹੁੰਦੇ ਜਣ, ਅਤੇ ਆਪਣੇ ਦੇਵਤੇ ਦੇ ਜਿਹੜਾ ਦਿਨ ਵਾਰ ਹੋਇਆ ਜ਼ਰੂਰ ਕਰਨਾ ਚਾਹੀਦਾ, ਉਹਦੇ ਨਾਂ ਦਾ ਉਚਾਰ ਕਰਕੇ ਭੋਜਨ ਕਰਾਉਣਾ ਚਾਹੀਦਾ। ਅਸੀਂ ਜਾਂਦੇ ਹਾਂ, ਉਹਦੇ ਕਿਨੇ ਸੁੱਖ ਸ਼ਾਂਤੀ ਮਿਲਦੀ ਹੈ, ਕੋਈ ਪ੍ਰੋਬਲਮ ਕੋਈ ਨਹੀਂ ਆਉਂਦੀ ਹੈ, ਅਤੇ ਘਰ ਵਿੱਚ ਵਾਧਾ ਵੀ ਹੁੰਦਾ, ਘਾਟਾ ਕੋਈ ਨਹੀਂ ਹੁੰਦਾ, ਨੁਕਸਾਨ ਕੋਈ ਨਹੀਂ ਹੈ। ਇਹ ਨਾਗ ਦੇਵਤਾ ਜਿਹੜਾ ਪੂਜਣਾ ਬੜੀ ਅੱਛੀ ਗੱਲ ਹੈ, ਇਹ ਜਿਹਦੇ ਘਰ ਨਹੀਂ ਵੀ ਹੈ ਉਹ ਵੀ ਪੂਜਣਾ ਚਾਹੀਦਾ। ਇਹ ਇੱਕ ਜਿੰਦਾ ਦੇਵਤਾ ਹੈ, ਇਹ ਸੁਰਗਲ ਬਾਬਾ ਹੈ, ਇਹ ਬੜੀ ਬੜੀ ਹਸਤੀ ਹੈ, ਸ਼ਿਵ ਜੀ ਦਾ ਦੂਸਰਾ ਰੂਪ ਹੈ। आप सभी सनातनी को एक बार फिर से नाग पंचमी के पर्व की हार्दिक शुभकामनाएं। मैं समय सांबा के बाबा सुरगल जी के देवस्थान पर मौजूद हूं और यहां पर भी भव्य तरीके से नाग पंचमी का पर्व जो है वो धूमधाम से मनाया गया है। और आपको बता दें कि आज नाग पंचमी के दिन नाग देवता जी की पूजा की जाती है, क्योंकि आज नाग देवता जी का जन्मदिवस है। और दो अलग अलग त्यौहार रहते हैं, एक गुग्गा नवमी का और दूसरा नाग पंचमी का। ये बड़े ही महत्वपूर्ण त्यौहार है। अगर सनातन की बात करें, आप अपने अपने घरों में पवित्रता बनाते हैं, नाग देवता जी की पूजा करते हैं, बाबा सुरगल जी की, राजा मंडलिक जी की, बाबा कालीवीर जी की, और जो भी अलग अलग नाग देवता जी के स्वरूप हैं, क्षमा करना अगर मैं कोई नाम नहीं ले पाया, तो आप आज के दिन उनको दलस्सी अर्पित करते हैं, उनको अलग अलग तरह के भोग लगाते हैं। तो बाबा सुरगल जी के देवस्थान के जो चेले हैं वो मेरे साथ हैं, जो शिष्य आप कह सकते हैं, जिनके अंदर छाया भी आती है। तो आज के दिन पर इनसे एक संदेश आपके तमाम सनातन तक पहुँचाने की कोशिश करेंगे। आपको सबसे पहले तो नाग पंचमी के इस पावन पर्व की हार्दिक शुभकामनाएं। तो आज नाग पंचमी का पर्व मनाया जा रहा है, नाग देवता जी की पूजा की जा रही है, उनका जन्म दिवस है, तो सबसे पहले मैं आज के दिन पर आपसे ये तमाम चीज़ें जानने की कोशिश करूंगा। ऋषि जी नमस्कार, तो बड़ा बड़ा शुक्रिया तुसे साढ़े इत्थे पुज्जियो। ये नाग देवता जिहड़ा जन्म दिन अज इसी आखदे नाग पंचमी। अज दे दिन इहदे नाग सुरगल दा जन्म दिन होया। ठीक है, ਇਹਦਾ ਇੱਥੇ ਸਾਰਾ ਇਹ ਨਿੱਕਾ ਜਿਹਾ ਥਾਨ ਹੈ, ਇੱਥੇ ਅਸ ਬਾਵੇ ਸੁਰਗਲ ਦਾ ਭੰਡਾਰਾ ਕਰਨੇ ਹੈ, ਬਾਵੇ ਦੀ ਚੌਕੀ ਕਰਨੇ ਹੈ। ਸਾਡੇ ਗੁਰੂ ਹੋਰ ਆਉਂਦੇ ਨੇ, ਨਾਥ ਹੋਰ ਆਉਂਦੇ ਨੇ, ਉਹ ਢੋਲ ਵਜਾਉਂਦੇ ਨੇ, ਇੱਥੇ ਬਾਵੇ ਦੀ ਯਾਤਰ ਚੌਕੀ ਕਰਨੇ ਹੈ। ਅਤੇ ਅਸੀਂ ਇਹਦੇ ਵੱਲੋਂ ਪੁੱਛਣੇ ਹਾਂ ਸਾਡੇ ਕੋਈ ਕਮੀ, ਕੋਈ ਕੋਈ ਦੋਸ਼ ਹੋਵੇ, ਕੋਈ ਕਈ ਕਿਸਮ ਦੇ ਦੋਸ਼ ਹੋ ਜਾਂਦੇ, ਕਈ ਵਾਰੀ ਚਲਦੇ ਚਲਦੇ ਸਾਡੇ ਕੋਲ ਕੋਈ ਜਾਣ ਜਾਣੇ ਜੇ ਸਾਡੇ ਕੋਲ ਕੋਈ ਕੋਈ ਹਾਸ ਹੋ ਜਾਂਦਾ, ਨਾਗ ਸੱਪ ਮਰੀ ਜਾਂਦਾ, ਉਹ ਇੱਥੇ ਜ਼ਰੂਰ ਆਉਣ, ਮੱਥਾ ਟੇਕਣ, ਦੁੱਧ ਲੱਸੀ ਪਾਉਣ, ਅਤੇ ਉਹਦੇ ਕਸ਼ਟ ਦੂਰ ਹੁੰਦੇ ਨਾ। ਅਤੇ ਇਹ ਬਾਬੇ ਦਾ ਅੱਜ ਜਨਮ ਦਿਨ ਹੈ, ਅਸੀਂ ਧੂਮਧਾਮ ਨਾਲ ਮਨਾਉਂਦੇ ਹਾਂ, ਬਾਹਰ ਭੰਡਾਰਾ ਬਣਾਉਂਦੇ ਹਾਂ, ਇਹਦਾ
ਸਾਦਾ ਰੋਟੀ ਬਣਦੀ ਹੈ ਇਹਦੀ, ਖੀਰ ਖੀਰ ਰੋਟ ਮੀਰੀ ਇਹਦੇ ਵਗੈਰਾ ਵਗੈਰਾ ਸਾਡੇ ਬਣਦਾ ਹੈ। ਅਸੀਂ ਇਹਦੀ ਪੂਜਾ ਕਰਨੇ ਹਾਂ, ਸਵੇਰੇ ਇਸ਼ਨਾਨ ਦਿੰਦੇ ਹਾਂ ਅਸੀਂ, ਪੰਜ ਰਤਨੀ ਇਸ਼ਨਾਨ ਦੇਈਏ ਅਤੇ ਬਾਵੇ ਦੀ ਚੌਕੀ ਕਰਨੇ ਹੈ ਅਤੇ ਬਾਵੇ ਦਾ ਹੁਕਮ ਲੈਂਦੇ ਹਾਂ, ਕੰਜਕਾਂ ਦਿੰਦੇ ਹਾਂ ਅਤੇ ਉਹਦੇ ਨਾਲ ਹੀ ਅਸ ਬਿਲਕੁਲ ਕਰਨੇ ਹੈ। ਬਾਵੇ ਦਾ ਅੱਛੀ ਜਗ੍ਹਾ ਹੈ। ਲੇਕਿਨ ਆਖਦੇ ਨੇ ਕਿ ਅਗਰ ਆਪਣੇ ਕੁਲ ਦੇਵੀ ਦੇਵਤਾ ਕੀ ਅਗਰ ਤੁਸੀਂ ਮੰਨਦੇ ਹੋ ਸ਼ੈਲ ਉਹਨੇ ਮੰਨਣਾ ਚਾਹੀਦਾ, ਤੁਹਾਡੀਆਂ ਦੁੱਖ ਤਕਲੀਫਾਂ ਦੂਰ ਹੁੰਦੀਆਂ, ਕਸ਼ਟ ਬਿਮਾਰੀਆਂ ਰੋਗ ਤੱਕਰ ਦੂਰ ਹੁੰਦੇ ਨੇ, ਔਰ ਕੁਤੇ ਨਾ ਕੁਤੇ ਇਹ ਗੱਲਾਂ ਸੱਚੀਆਂ ਨੇ ਜਿਹੜੀਆਂ ਸ਼ਾਇਦ ਬੜੇ ਘੱਟ ਲੋਕਾਂ ਨੂੰ ਪਤਾ, ਅਤੇ ਕੀ ਆਖਣਾ ਚਾਹੁੰਦੇ ਹੋ ਕਿ ਆਪਣੇ ਦੇਵੀ ਦੇਵਤਾਂ ਕੀ ਜ਼ਰੂਰ ਮੰਨਣਾ ਚਾਹੀਦਾ, ਖਾਸ ਤੌਰ ਪਰ ਨਾਗੇ ਦੀ ਜਗ੍ਹਾ ਉੱਪਰ ਪੂਜਾ ਕਰਨੀ ਚਾਹੀਦੀ, ਤਮਾਮ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ। ਹਾਂਜੀ ਦੇਖੋ ਜੀ ਗੱਲਬਾਤ ਇਹ ਨਾ, ਇਹ ਜੇ ਬਾਬਾ ਕਾਲੀ ਵੀਰ ਅਤੇ ਬਾਬਾ ਸੁਰਗਲ ਅਤੇ ਮੱਲ ਮਾਤਾ ਇਹਦੇ ਤਕਰੀਬਨ ਸਾਰੇ ਗੇ ਹੁੰਦੇ ਗੇ ਨਾ, ਅਤੇ ਆਪਣੇ ਦੇਵਤੇ ਨੇ ਜਿਹੜਾ ਦਿਨ ਵਾਰ ਹੋਇਆ ਜ਼ਰੂਰ ਕਰਨਾ ਚਾਹੀਦਾ, ਉਹਦੇ ਨਾਂ ਦਾ ਉਚਾਰ ਕਰਕੇ ਭੋਜਨ ਕਰਾਉਣਾ ਚਾਹੀਦਾ, ਅਸਤੀ ਹੀ ਜਾਂਦੇ ਹੈ, ਉਹਦੇ ਕਿਨੇ ਸੁੱਖ ਸ਼ਾਂਤੀ ਮਿਲਦੀ ਹੈ, ਕੋਈ ਪ੍ਰੋਬਲਮ ਕੋਈ ਨਹੀਂ ਆਉਂਦੀ ਹੈ, ਅਤੇ ਘਰ ਵਿੱਚ ਵਾਧਾ ਵੀ ਹੁੰਦਾ, ਘਾਟਾ ਕੋਈ ਨਹੀਂ ਹੁੰਦਾ, ਨੁਕਸਾਨ ਕੋਈ ਨਹੀਂ ਹੈ। ਇਹ ਨਾਗ ਦੇਵਤਾ ਜਿਹੜਾ ਪੂਜਣਾ ਬੜੀ ਅੱਛੀ ਗੱਲ ਹੈ, ਇਹ ਜਿਹਦੇ ਘਰ ਨੇ ਵੀ ਹੈ ਉਹ ਵੀ ਪੂਜਣਾ ਚਾਹੀਦਾ, ਇਹ ਇੱਕ ਜਿੰਦਾ ਦੇਵਤਾ ਹੈ, ਇਹ ਸੁਰਗਲ ਬਾਬਾ ਹੈ, ਇਹ ਬੜੀ ਬੜੀ ਹਸਤੀ ਹੈ, ਸ਼ਿਵਜੀ ਦਾ ਦੂਸਰਾ ਰੂਪ ਹੈ, ਮਾਤਾ ਨਾਵਲਾ ਦਾ ਜਾਇਆ ਹੈ, ਅਤੇ ਇਹ ਨਾਗ ਪੰਚਮੀ ਜਿਹੜੀ ਹੈ ਅੱਛਾ ਦਿਨ ਹੈ, ਇਹ ਮਨਾਉਣਾ ਚਾਹੀਦਾ, ਸਾਰੇ ਮਨਾਉਣਾ ਚਾਹੀਦਾ, ਰਲੀ ਮਿਲੀ ਮਨਾਉਣਾ ਚਾਹੀਦਾ। ਉਹ ਆਖਦੇ ਕਿ ਜਿਹਦੇ ਪਰ ਵੀ ਦੇਵਤੇ ਦਾ ਹੱਥ ਹੋਇਆ ਨਾ, ਉਦੋਂ ਉੱਥੇ ਕੁਦੇ ਵੀ ਦਿੱਕਤ ਨਹੀਂ ਆਉਂਦੀ ਹੈ, ਲੇਕਿਨ ਸੱਚੇ ਮਨਾਂ ਕਰਨਾ ਪੁੱਜਣਾ ਚਾਹੀਦਾ। ਦੇਖੋ ਜੀ ਉਹਦੀ ਗੱਲ ਬਿਲਕੁਲ ਥੋੜ੍ਹੀ ਸਹੀ ਹੈ, ਇਹ ਜਿਹਦੇ ਜਿਹਦੀ ਛਾਇਆ ਹੋਵੇ ਉਸ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ, ਇਹਦੇ ਕੰਨਿਆਂ ਕੋਈ ਕੋਈ ਜਾਂ ਕੋਈ ਬਿਮਾਰ ਹੋ, ਝੁਰਕੀ ਵੀ ਦੇ ਜੋ ਮਾੜੀ ਮੋਟੀ, ਜਾਂ ਕੋਈ ਧਾਗਾ ਦੇ ਜੋ, ਇਹਾਂ ਕੋਈ ਨਹੀਂ ਵੀ ਕੋਈ ਮੰਤਰ ਪੜ੍ਹੀ ਹੈ ਤਾਂ ਵੀ ਉਹਦਾ ਇਹ ਅੱਛਾ ਫਲ ਮਿਲਦਾ ਹੈ, ਬੰਦਾ ਠੀਕ ਹੁੰਦਾ ਹੈ, ਐਸੀ ਗੱਲ ਕੋਈ ਨਹੀਂ ਹੈ। ਨਾਗ ਦੇਵਤਾ ਦੀ ਪੂਜਾ ਅੱਛੀ ਹੈ, ਦੁੱਧ ਲੱਸੀ ਵਗੈਰਾ ਇਹਦੀ ਪਾਓ, ਦੁੱਧ ਲੱਸੀ ਪਾਓ ਸੱਚੇ ਮਨਾਂ ਕਰਨਾ ਹੈ ਤਾਂ ਠੀਕ ਠਾਕ ਹੈ। ਔਰ ਜਿਵੇਂ ਤੁਹਾਨੂੰ ਮੌਕਾ ਮਿਲਦਾ ਸੇਵਾ ਕਰਨ ਦਾ, ਇੱਕ ਅੰਦਰ ਇੱਕ ਮਨ 'ਚ ਉਤਸ਼ਾਹ ਵੀ ਹੁੰਦਾ ਕਿ ਅਸੀਂ ਦੇਵਤੇ ਦੀ ਪੂਜਾ ਕਰਾਂ, ਬੜਾ ਅੱਛਾ ਲੱਗਦਾ। ਦੇਖੋ ਇਹ ਤਾਂ ਬੜੀ ਅੱਛੀ ਗੱਲ ਹੈ, ਅਸੀਂ ਦੋ ਤਿੰਨ ਦਿਨ ਪਹਿਲਾਂ ਹੀ ਲੱਗੀ ਹੋਣੇ, ਚਲੋ ਥੋੜ੍ਹਾ ਫੁੱਲ ਲਾਓ, ਤਿਆਰੀ ਕਰੋ, ਕੋਈ ਜਾਂ ਕੋਈ ਪੇਂਟ ਸ਼ੇਂਟ ਕਰੋ, ਕੋਈ ਜਾਂ ਕੋਈ ਟਾਇਲ ਲਾਓ ਜਾਂ ਸਫਾਈ, ਬੜਾ ਅੱਛਾ ਸਾਨੂੰ ਅੱਛਾ ਲੱਗਦਾ ਮਹਿਸੂਸ ਹੁੰਦਾ ਵੀ ਅਸੀਂ ਕਰਚੇ, ਔਰ ਸਾਡਾ ਦਿਲ ਵੀ ਕਰਦਾ, ਸਾਡਾ ਅਸੀਂ ਕੀ ਕਰਨਾ, ਇਹ ਆਪੇ ਕਰਾਉਂਦੇ ਨਾ, ਇਹ ਬਦੋ ਬਦੀ ਆਖਦੇ ਜੀ ਭੰਡਾਰਾ ਕਰੋ, ਇਹ ਕਰੋ, ਬਿਲਕੁਲ ਬਿਲਕੁਲ ਹੁਕਮ ਨਹੀਂ ਹੈ, ਇਹ ਆਪੇ ਕਰਾਈ ਉੱਠਦੇ ਨੇ, ਬੰਦਾ ਕੋਈ ਕੁਛ ਨਹੀਂ ਕਰਨ ਵਾਲਾ ਹੈ, ਇਹਦੀ ਪੂਜਾ ਅੱਛੀ ਪੂਜਾ ਹੈ, ਇਹ ਜਨਮ ਦਿਨ ਅੱਛਾ ਦਿਨ ਹੈ ਇਹਦਾ, ਅੱਜ ਨਾਗ ਪੰਚਮੀ ਹੈ, ਇਹ ਪੂਜਾ ਕਰਨੀ ਚਾਹੀਦੀ। ਤੁਹਾਨੂੰ ਤੁਹਾਨੂੰ ਮਤੀਆਂ ਮਤੀਆਂ ਮੁਬਾਰਕਾਂ ਅੱਜ ਦੇ ਇਸ ਪਾਵਨ ਨਾਗ ਪੰਚਮੀ ਪਰਬ ਦੀਆਂ, ਅਤੇ ਜਿਵੇਂ ਕਿ ਅੱਜ ਨਾਗ ਦੇਵਤਾ ਜੀ ਦਾ ਜਨਮ ਦਿਨ ਹੈ, ਤੁਹਾਨੂੰ ਬੜੀ ਬੜੀ ਮੁਬਾਰਕ। ਥੈਂਕ ਯੂ। ਬਿਲਕੁਲ, ਤੋ ਮੈਂ ਅਭੀ ਆਪਕੋ ਯੇ ਦਿਖਾਨਾ ਚਾਹਤਾ ਹੂੰ, ਯਹਾਂ ਸੇ ਯੇ ਜੋ ਦੇਵ ਸਨ ਹੈ ਬਾਬਾ ਸੁਰਗਲ ਜੀ ਕਾ, ਤੋ ਯਹਾਂ ਪਰ ਆਪ ਦੇਖ ਰਹੇ ਕਿ ਬਾਬਾ ਸੁਰਗਲ ਜੀ ਵਿਰਾਜਮਾਨ ਹੈ, ਯਹਾਂ ਪਰ ਜਿਸੇ ਡੂਗਰੀ ਮੈਂ ਆਪ ਸੁੰਗਲੇ ਕਹਤੇ ਹੈ ਭਗਵਾਨ ਕੀ, ਉਹ ਯਹਾਂ ਪਰ ਰੱਖੀ ਗਈ ਹੈ, ਇਸੀ ਕੇ ਸਾਧਨ ਮੋਹਰੇ ਵੀ ਯਹਾਂ ਪਰ ਵਿਰਾਜਮਾਨ ਹੈ, ਔਰ ਯਹਾਂ ਪਰ ਯਹਾਂ ਦੁੱਧ ਲੱਸੀ ਜੋ ਦਲੱਸੀ ਆਪ ਕਹਤੇ ਵੋ ਯਹਾਂ ਪਰ ਅਰਪਿਤ ਕੀ ਜਾਤੀ ਹੈ, ਇਸੇ ਫਿਲਹਾਲ ਜੈਸੇ ਆਪ ਦੇਖ ਰਹੇ ਕਿ ਯਹਾਂ ਸੇ ਕਵਰ ਕੀਆ ਗਿਆ ਹੈ, ਤੋ ਮੈਂ ਯਹਾਂ ਸੇ ਆਪਕੋ ਓਪਨ ਕਰਕੇ ਬਤਾਊਂਗਾ, ਯਹਾਂ ਪਰ ਆਪ ਜੋ ਹੈ ਦਲੱਸੀ ਦੁੱਧ ਲੱਸੀ ਜੋ ਹੈ ਵੋ ਯਹਾਂ ਪਰ ਅਰਪਿਤ ਕਰਤੇ ਹੈ, ਔਰ ਯਹੀਂ ਪਰ ਦੇਵਸਥਾਨ ਪਰ ਬਾਬਾ ਜੀ ਯਹਾਂ ਪਰ ਵਾਸ ਕਰਤੇ ਹੈ, ਬਾਬਾ ਸੁਰਗਲ ਜੀ ਕਾ ਇਹ ਦੇਵਸਥਾਨ ਹੈ, ਤੋ ਯਹੀ ਕਹੂੰਗਾ ਕਿ ਸੱਚੇ ਮਨ ਸੇ ਆਪ ਵਿਧੀਵਤ ਤਰੀਕੇ ਸੇ ਪੂਜਾ ਕਰੇ, ਜੈਸੇ ਆਪ ਦੇਖ ਰਹੇ ਕਿ ਸ਼ਰਧਾਲੂ ਅਭੀ ਵੀ ਮਾਥਾ ਟੇਕਣੇ ਕੇ ਲਈ ਪਹੁੰਚ ਰਹੇ ਹੈ, ਔਰ ਯਹੀ ਕਹੂੰਗਾ ਕਿ ਅਗਰ ਆਪ ਸੱਚੇ ਮਨ ਸੇ ਦੇਵੀ ਦੇਵਤਾਓਂ ਕੀ ਪੂਜਾ ਕਰਤੇ ਹੈ, ਨਾਗ ਦੇਵਤਾ ਜੀ ਕੀ ਪੂਜਾ ਕਰਤੇ ਹੈ, ਤੋ ਆਪਕੇ ਉੱਪਰ ਦੇਵਤਾ ਜੀ ਕਾ ਹਾਥ ਰਹਿਤਾ ਹੈ, ਆਪਕੋ ਕਿਸੀ ਤਰ੍ਹਾਂ ਕੀ ਵੀ ਕੋਈ ਜੀਵਨ ਮੇਂ ਪਰੇਸ਼ਾਨੀ ਨਹੀਂ ਆਤੀ ਹੈ, ਔਰ ਜੋ ਵੀ ਹੁਕਮ ਹੋਤਾ ਹੈ ਦੇਵੀ ਦੇਵਤਾਓਂ ਕਾ ਵੋ ਆਪਕੋ ਜ਼ਰੂਰ ਮਾਨਣਾ ਚਾਹੀਏ, ਕਈ ਹਮ ਦੇਖਤੇ ਹੈ ਕਿ ਜੋ ਛਾਇਆ ਜਿਸਮੇਂ ਆਤੀ ਹੈ ਵੋ ਦੇਵਤਾ
हुक्म जो वो करते हैं और उसके बाद दर्शन भी देते हैं। इसी के साथ साथ जिनको नहीं पता हमारे डोगरा कल्चर को हम आगे तक लेकर जाएं, तो हमें यही मैं आपको कहूँगा कि अपने देवी देवताओं का मान सम्मान करना चाहिए। आप मान सम्मान करके देखिए, आपको फल ज़रूर मिलेगा। तो सभी को यही कहूँगा कि आज के दिन, पवित्र दिन पर आप लोग नाग देवता जी की पूजा ज़रूर करें और नाग देवता जी का आशीर्वाद प्राप्त करें। तो जो शिष्य हैं उन्होंने आपको विस्तार से कई चीज़ें जो है वो आपको बताई हैं, उसको अमल करें, आपको फल ज़रूर मिलेगा। सभी को नागपंचमी पर्व की हार्दिक शुभकामनाएं। फिलहाल के ऋषि कुजूरिया, जेके मीडिया के लिए।